ਮੈਨੂੰ ਪਿਛਲੇ ਡੇਢ ਦੋ ਸਾਲ ਤੋਂ ਐਨੋਫਿਸਟੁਲਾ ਦੀ ਪ੍ਰੋਬਲਮ ਸੀਗੀ। ਜਦੋਂ ਮੈਂ ਆ ਕੇ ਡਾਕਟਰ ਸਾਹਿਬ ਨਾਲ ਮਿਲਿਆ ਤਾਂ ਉਹ ਮੈਨੂੰ ਬੜੇ ਜੈਨੂਇਨ ਜਿਹੇ ਸੁਭਾਅ ਦੇ ਲੱਗੇ। ਉਹਨਾਂ ਨੇ ਲੇਜ਼ਰ ਦੇ ਨਾਲ ਓਪਰੇਸ਼ਨ ਕਰਾਉਣ ਦੀ ਮੈਨੂੰ ਸਲਾਹ ਦਿੱਤੀ। ਅੱਜ ਪੰਜਵੇਂ ਦਿਨ ਮੈਂ ਆਪਣੇ ਆਪ ਨੂੰ ਬਿਲਕੁਲ ਆਮ ਵਾਂਗੂ ਫੀਲ ਕਰ ਰਿਹਾ। ਹੈਲੋ, ਸਤਿ ਸ਼੍ਰੀ ਅਕਾਲ ਜੀ। ਮੇਰਾ ਨਾਮ ਆਰਪੀ ਸਿੰਘ, ਜਲੰਧਰ ਤੋਂ ਬਿਲੋਂਗ ਕਰਦਾ ਜੀ। ਪੇਸ਼ੇ ਵਜੋਂ ਟੀਚਰ ਹਾਂ ਅਤੇ ਮੈਨੂੰ ਪਿਛਲੇ ਡੇਢ ਦੋ ਸਾਲ ਤੋਂ ਐਨੋਫਿਸਟੁਲਾ ਦੀ ਪ੍ਰੋਬਲਮ ਸੀਗੀ ਔਰ ਹਰ ਤਰੀਕੇ ਨਾਲ ਪਹਿਲਾਂ ਮੈਂ ਇਲਾਜ ਕਰਾਉਣ ਦੀ ਕੋਸ਼ਿਸ਼ ਕੀਤੀ, ਹੋਮਿਓਪੈਥੀ ਜਾਂ ਆਯੁਰਵੈਦਿਆ, ਬਟ ਕਿਸੇ ਵੀ ਤਰੀਕੇ ਨਾਲ ਇਹ ਕੰਟਰੋਲ ਨਹੀਂ ਸੀ ਹੋ ਰਿਹਾ। ਅਤੇ ਮੈਨੂੰ ਗੂਗਲ ਤੋਂ ਪਤਾ ਲੱਗਿਆ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਹੁਣਾਂ ਜੀ ਬਾਰੇ ਮੈਂ ਸੁਣਿਆ। ਅਤੇ ਜਦੋਂ ਮੈਂ ਆ ਕੇ ਡਾਕਟਰ ਸਾਹਿਬ ਨਾਲ ਮਿਲਿਆ ਤਾਂ ਉਹ ਮੈਨੂੰ ਬੜੇ ਜੈਨੂਇਨ ਜਿਹੇ ਸੁਭਾਅ ਦੇ ਲੱਗੇ, ਐਜ਼ ਮੈਨ ਵੀ ਮੈਨੂੰ ਬਹੁਤ ਵਧੀਆ ਲੱਗੇ। ਉਹਨਾਂ ਨੇ ਮੈਨੂੰ ਹੌਸਲਾ ਇਸੇ ਤਰੀਕੇ ਨਾਲ ਦਿੱਤਾ ਕਿ ਕੁਛ ਵੀ ਨਹੀਂ ਹੈ, ਕਿ ਮੈਨੂੰ ਲੱਗਾ ਕਿ ਵਾਕਈ ਮੈਂ ਇੱਥੋਂ ਠੀਕ ਹੋ ਕੇ ਜਾਵਾਂਗਾ। ਉਹਨਾਂ ਨੇ ਲੇਜ਼ਰ ਦੇ ਨਾਲ ਓਪਰੇਸ਼ਨ ਕਰਾਉਣ ਦੀ ਮੈਨੂੰ ਸਲਾਹ ਦਿੱਤੀ। ਓਪਰੇਸ਼ਨ ਵੀ ਤਕਰੀਬਨ ਕੋਈ ਉਹਨਾਂ ਨੇ 10-15 ਮਿੰਟ ਦੇ ਵਿੱਚ ਕਰ ਦਿੱਤਾ ਔਰ ਅੱਜ ਮੈਂ ਪੰਜਵੇਂ ਦਿਨ ਡਾਕਟਰ ਸਾਹਿਬ ਉਹਨਾਂ ਨੂੰ ਚੈੱਕ ਕਰਾਉਣ ਆਇਆ। ਮੈਂ ਆਪ ਸਕੂਟਰ ਚਲਾ ਕੇ ਆਇਆ। ਐਨੋਫਿਸਤੁਲਾ ਬਾਰੇ ਬਹੁਤ ਸਾਰੀਆਂ ਅਫਵਾਹਾਂ ਨੇ ਲੋਕਾਂ ਦੇ ਦਿਲ 'ਚ ਕਿ ਪਤਾ ਨਹੀਂ ਇਹ ਬਿਮਾਰੀ ਜਿਹੜੀ ਹੈ ਇਹਦਾ ਇਲਾਜ ਨਹੀਂ ਹੈਗਾ ਪ੍ਰੋਪਰ, ਜਾਂ ਇਹ ਓਪਰੇਸ਼ਨ ਤੋਂ ਬਾਅਦ ਠੀਕ ਨਹੀਂ ਹੁੰਦੀ ਜਾਂ ਦੁਬਾਰਾ ਆ ਜਾਂਦੀ ਹੈ। ਅੱਜ ਪੰਜਵੇਂ ਦਿਨ ਮੈਂ ਆਪਣੇ ਆਪ ਨੂੰ ਬਿਲਕੁਲ ਆਮ ਵਾਂਗੂ ਫੀਲ ਕਰ ਰਿਹਾ ਔਰ ਮੈਂ ਆਪਣੇ ਕੰਮ 'ਤੇ ਵੀ ਜਾ ਰਿਹਾ। ਅਤੇ ਮੈਂ ਅਕਾਲ ਪੁਰਖ ਅੱਗੇ ਵੀ ਇਹੋ ਹੀ ਅਰਦਾਸ ਕਰਦਾ ਕਿ ਇਹੋ ਜਿਹੇ ਜਿਹੜੇ ਨੇਕ ਦਿਲ ਡਾਕਟਰ ਨੇ, ਪਰਮਾਤਮਾ ਇਹਨਾਂ ਨੂੰ ਲੰਬੀ ਉਮਰ ਦੇਵੇ ਔਰ ਇਹ ਹੋਰ ਤਰੱਕੀਆਂ ਕਰਨ ਔਰ ਲੋਕਾਂ ਦੀ ਵੱਧ ਤੋਂ ਵੱਧ ਸੇਵਾ ਕਰਨ। ਔਰ ਐਨੋਫਿਸਤੁਲਾ ਦੇ ਮਰੀਜ਼ਾਂ ਨੂੰ ਮੈਂ ਇਹੋ ਸਲਾਹ ਦੇਣਾ ਚਾਹਾਂਗਾ ਕਿ ਸਟਾਰ ਸੁਪਰ ਸਪੈਸ਼ਲਿਟੀ ਹੋਸਪਿਟਲ ਦੇ ਵਿੱਚ ਡਾਕਟਰ ਜਸਮੀਤ ਸਿੰਘ ਆਹਲੂਵਾਲੀਆ ਆਪਣੇ ਕੰਮ ਦੇ ਵਿੱਚ ਬਹੁਤ ਮਾਹਰ ਨੇ ਔਰ ਸਮਰਪਿਤ ਨੇ। ਅਤੇ ਮੈਂ ਇਹੋ ਸਲਾਹ ਦਿੰਦਾ ਕਿ ਜੇ ਕਿਸੇ ਭੈਣ ਭਰਾ ਨੂੰ, ਕਿਸੇ ਵੀਰ ਨੂੰ ਇਹ ਪ੍ਰੋਬਲਮ ਹੈ ਤਾਂ ਪਲੀਜ਼ ਇਹਨਾਂ ਕੋਲ ਹੀ ਆਵੇ। ਥੈਂਕ ਯੂ ਜੀ।